ਫਕੀਰ ਨਹੀਂ ਪਰ ਸਾਰਾ ਜਹਾਨ ਚਾ ਫੋਲਿਆ ਮੈਂ ਸਾਨੀ ਆਪ ਦਾ ਮੂਲ ਨਾ ਨਜ਼ਰ ਆਇਆ ਹਰ ਇੱਕ ਵਲੀਆਂ ਦਾ ਟੋਲਾ ਟੋਲਿਆ ਮੈਂ ਮੈਨੂੰ ਆਪ ਨੇ ਛੱਟ ਸੰਭਾਲ ਲਿਆ ਜਿੱਥੇ ਕਦਮ ਤੋਂ ਜ਼ਰਾ ਵੀ ਡੋਲਿਆ ਮੈਂ ਮੇਰੀ ਆਣ ਕੀਤੀ ਛੱਟ ਦਸਤਗੀਰੀ ਯਾ ਸ਼ੇਖ ਕਹਿ ਕੇ ਜਿੱਥੇ ਬੋਲਿਆ ਮੈਂ ਸ਼ੇਖ ਕਹਿ ਕੇ ਜਿੱਥੇ ਬੋਲਿਆ ਮੈਂ ਆ ਮੀਰਾ ਮੇਰੇ ਮੀਰਾ ਮੀਰਾ ਯਾ ਮੀਰਾ ਭਾਈ ਦੀ ਫਰਮਾਇਸ਼ ਹੈ ਸਰਕਾਰ ਗੌਸ ਪਾ ਦਾ ਕਲਾਮ ਪੇਸ਼ ਕਰ ਰਿਹਾ ਅਤੇ ਸਰਕਾਰ ਦੀ ਕਰਾਮਤ ਪੇਸ਼ ਕਰਨ ਲੱਗਾ ਕਿਹੜੀ ਹਿੰਦੂਆਂ ਦੇ ਘਰ ਇੱਕ ਬੱਚੀ ਪੈਦਾ ਹੋ ਗਈ ਉਹਦੀ ਜ਼ੁਬਾਨ ਤੇ ਵਿਰਦ ਯਾ ਮੀਰਾ ਯਾ ਗੌਸ ਯਾ ਮੀਰਾ ਯਾ ਗੌਸ ਉਹਨਾਂ ਨੇ ਸਮਝਾਉਣਾ ਸ਼ੁਰੂ ਕਰਤਾ ਬੇਟਾ ਸਾਡੇ ਮਜ਼ਹਬ 'ਚ ਮੀਰਾ ਮੀਰਾ ਨਹੀਂ ਬਲਕਿ ਰਾਮ ਰਾਮ ਲੇਕਿਨ ਜਿਹਨਾਂ ਦੀ ਅਜ਼ਲ ਤੋਂ ਲੱਗੀਆਂ ਹੋਣ ਉਹਨਾਂ ਨੇ ਇਕੱਠ ਕਰਕੇ ਸੋਚਿਆ ਦੀ ਸ਼ਾਦੀ ਕਰ ਦਿਓ ਸ਼ਰੀਕੇ 'ਚ ਬੈਠੇ ਹਾਂ ਇਹਨੂੰ ਮਾਰਾਂਗੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਅਗਲੇ ਘਰ ਜਾਏਗੀ ਆਪ ਵੀ ਠੀਕ ਹੋ ਜਾਏਗੀ ਹਜ਼ੂਰ ਉਹਦੀ ਸ਼ਾਦੀ ਕਰ ਦਿੱਤੀ ਅਗਲੇ ਘਰ ਜਾ ਕੇ ਉਹਦੀ ਜ਼ੁਬਾਨ 'ਤੇ ਫਿਰਦੀ ਯਾ ਮੀਰਾ ਯਾ ਗੌਸ ਉਹਦੇ ਬੰਦੇ ਨੂੰ ਪਤਾ ਲੱਗ ਗਿਆ ਉਹਨੇ ਸਮਝਾਉਣਾ ਸ਼ੁਰੂ ਕਰਤਾ ਕਿ ਇਸ ਤਰੀਕੇ ਨਾਲ ਸਾਨੂੰ ਸ਼ਰੀਕੇ ਵਾਲੇ ਬਾਹਰ ਕੱਢ ਦੇਣਗੇ ਲੜਕੀ ਨਾ ਸਮਝੀ ਬਿਲ ਆਖਰ ਭਾਈ ਇਹ ਸੁਣਦੀ ਨਹੀਂ ਤੁਹਾਨੂੰ ਇਹ ਚੀਜ਼ ਬਿਲ ਆਖਰ ਉਸ ਬੰਦੇ ਨੇ ਸੋਚਿਆ ਕਿ ਘਰ ਕਿਉਂ ਖਰਾਬ ਕਰਨਾ ਉਹਨੇ ਕਿਹਾ ਬੜਾ ਗੌਸ ਗੌਸ ਕਰਨੀ ਹੈ ਬੜਾ ਗੌਸ ਗੌਸ ਕਰਨੀ ਹੈ ਜੇ ਤੈਨੂੰ ਇੰਨਾ ਹੀ ਮਾਣ ਹੈ ਆਪਣੇ ਗੌਸ 'ਤੇ ਤੇ ਉਹਨੂੰ ਕਿਹਾ ਮੈਨੂੰ ਇੱਕ ਪੁੱਤਰ ਅਦਾ ਕਰ ਦਿਓ ਲੜਕੀ ਦੇਖਾ ਚ ਆਂਸੂ ਆ ਗਏ ਉਹਨੇ ਕਿਹਾ ਭਲਿਆ ਦਰਵੇਸ਼ਾਂ ਦੇ ਇਮਤਿਹਾਨ ਨਹੀਂ ਲਈਦੇ ਲੇਕਿਨ ਕਾਫਰ ਨਾ ਮੰਨਿਆ ਉਹਨੇ ਕਿਹਾ ਜੇ ਤੇਰਾ ਪੀਰ ਵਾਕਿਆ ਸੱਚਾ ਪੀਰ ਹੈ ਉਹਨੂੰ ਕਿਹਾ ਮੈਨੂੰ ਇੱਕ ਪੁੱਤਰ ਅਦਾ ਕਰ ਦੇਵੇ ਉਹਨੇ ਕਿਹਾ ਭਲਿਆ ਮੇਰਾ ਪੀਰ ਪੀਰਾਂ ਦਾ ਪੀਰ ਸ਼ੇਖ ਅਬਦੁਲ ਕਾਦਰ ਜਲਾਨੀ ਮਹਿਬੂਬੇ ਸੁਬਾਨੀ ਕੁਤਬੇ ਰਬਾਨੀ ਸ਼ਹਬਾਜ਼ੇ ਲਾਮਕਾਨੀ ਸੱਚਾ ਪੀਰ ਹੈ ਉਹਨੇ ਆਪਣਾ ਵਾਅਦਾ ਪੂਰਾ ਕਰਨਾ ਫਿਰ ਤੂੰ ਵੀ ਮੇਰੇ ਨਾਲ ਇੱਕ ਵਾਅਦਾ ਕਰ ਕਿਹੜਾ ਇਸ ਨਦੀ ਤੋਂ ਪਾਰ ਸਰਕਾਰ ਗੌਸ ਪਾਕ ਦੇ ਮਲੰਗ ਦਾ ਡੇਰਾ ਉੱਥੇ ਸਲਾਮ ਕਰਾਉਣ ਲੈ ਚੱਲੇਗਾ ਉਹਨੇ ਕਿਹਾ ਲੈ ਚੱਲਾਂਗਾ ਉਹਨੇ ਕਿਹਾ ਵਾਅਦਾ ਉਹਨੇ ਕਿਹਾ ਵਾਅਦਾ ਲੜਕੀ ਨੇ ਜਾਇ ਨਮਾਜ਼ ਬਿਛਾਇਆ ਬਗਦਾਦ ਵੱਲ ਮੂੰਹ ਕਰਕੇ ਪਤਾ ਕੀ ਕਹਿੰਦੀ ਪਵੇ ਪੀਰ ਮੁਰੀਦ ਨੂੰ ਛੱਡ ਜਾਣਾ ਇਹ ਤੇ ਕੰਮ ਨਹੀਂ ਪੀਰ ਬਗਦਾਦੀਆ ਚੁੱਕਾ ਛੱਡ ਤੇਰਾ ਹੋਰ ਜਾਵਾਂ ਕਿਧਰੇ ਇਹ ਚੁੱਕਾ ਇਹ ਸੈਦ ਆਇਆ ਦੀਆਂ ਨਾ ਲੜਕੀ ਦੇ ਖਚਾ ਸੂ ਜਦੋਂ ਦੁਆ ਮੰਗੀ ਤੇ ਮਾਲਕ ਨੇ ਮਨਜ਼ੂਰ ਕਰ ਲਈ ਇੱਕ ਸਾਲ ਤੋਂ ਬਾਅਦ ਦੋ ਪੁੱਤਰ ਅਦਾ ਕਰ ਦਿੱਤੇ ਇਮਤਿਹਾਨ ਡਬਲ ਹੋ ਗਿਆ ਬਾਬਾ ਜੀ ਤਵੱਜੋ ਇਮਤਿਹਾਨ ਡਬਲ ਹੋ ਗਿਆ ਉਹ ਕਹਿੰਦੀ ਮਲੰਗਾ ਮੇਰੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੁਣ ਤੈਨੂੰ ਆਪਣਾ ਵਾਅਦਾ ਯਾਦ ਆ ਉਹਨੇ ਕਿਹਾ ਯਾਦ ਆ ਉਹਨੇ ਕਿਹਾ ਚੱਲ ਫਿਰ ਸਲਾਮ ਕਰਨ ਚਲੀਏ ਉਸ ਕਾਫਰ ਨੇ ਇੱਕ ਪੁੱਤਰ ਉਠਾਇਆ ਇੱਕ ਬੀਬੀ ਨੇ ਉਠਾਇਆ ਕਿਸ਼ਤੀ 'ਚ ਸਵਾਰ ਹੋ ਗਿਆ ਕਿਸ਼ਤੀ ਚੱਲ ਪਈ ਉਸ ਕਾਫਰ ਨੇ ਆਪਣੇ ਪੁੱਤਰ ਨਾਲ ਪਿਆਰ ਕਰਦਿਆਂ ਪਾਣੀ ਸੁੱਟ ਦਿੱਤਾ ਮਾਂ ਦੀ ਮਮਤਾ ਬੇਤਾਬ ਹੋਈ ਰੋਣ ਲੱਗ ਪਈ ਉਹਨੇ ਕਿਹਾ ਮੈਂ ਵੀ ਬਾਪ ਇਹ ਮੇਰੇ ਕੋਲ ਗਲਤੀ ਨਾਲ ਡਿੱਗ ਪਿਆ ਦੂਸਰਾ ਦੇ ਦੇ ਇੰਨਾ ਪਿਆਰ ਕਰ ਲਵਾਂ ਸੁੱਟ ਕੇ ਕਹਿੰਦਾ ਮੈਂ ਤੈਨੂੰ ਕਿਹਾ ਸੀ ਆਪਣੇ ਗੌਸ ਕੋਲ ਇੱਕ ਪੁੱਤ ਲੈਣਾ ਤੈਨੂੰ ਦੋ ਮਿਲੇ ਮੈਂ ਸੋਚਿਆ ਕਿ ਸ਼ਾਇਦ ਮੇਰੇ ਕਿਸੇ ਭਗਵਾਨ ਨੇ ਦਿੱਤੇ ਜੇ ਤੇਰੇ ਗੌਸ ਨੇ ਦਿੱਤੇ ਉਹਨੂੰ ਮੈਂ ਤੈਨੂੰ ਵਾਪਸ ਕਰ ਦੇਵਾਂ ਓਨੀ ਦੇਰ ਤੱਕ ਕਸ਼ਤੀ ਕਿਨਾਰੇ ਨਾਲ ਜਾ ਲੱਗੀ ਬੀਬੀ ਕਹਿੰਦੀ ਮਲੰਗਾ ਮੇਰੀ ਗੋਦ ਉਜੜ ਗਈ ਏ ਮਲੰਗ ਕਹਿੰਦਾ ਮਾਈ ਪਰੇਸ਼ਾਨ ਨਾ ਹੋ ਇਹੋ ਤਾਰੇ ਜਿੱਥੇ ਲੋਕੀ ਰੋਂਦੇ ਆਉਂਦੇ ਹੱਸਦੇ ਜਾਂਦੇ ਐਸ ਕੁੱਲੀ 'ਚ ਜਾ ਕੇ ਪਾਣੀ ਪੀ ਫਿਰ ਤੇਰੀ ਗੱਲ ਸੁਣਦੇ ਮਾਈ ਜਦੋਂ ਕੁੱਲੀ 'ਚ ਗਈ
ਪਾਣੀ ਪੀਣ ਲੱਗੀ ਕੀ ਦੇਖਦੀ ਉਹਦੇ ਉਹੀ ਦੋ ਲਾਲ ਨਰਮ ਨਰਮ ਬਿਸਤਰ ਦੇ ਖੇਲ ਰਹੇ ਜਾ ਕੇ ਸੀਨੇ ਨਾਲ ਲਾਏ ਬਾਹਰ ਲੈ ਕੇ ਆ ਗਈ ਕਾਫਰ ਹੈਰਾਨ ਹੋ ਗਿਆ ਤੇ ਸੋਚਣ ਲੱਗਾ ਕਿ ਇਹਦਾ ਪੀਰ ਤੇ ਵਾਕਈ ਕੋਈ ਸੱਚਾ ਪੀਰ ਤੇ ਉਹਨੂੰ ਪੁੱਛਣ ਲੱਗਾ ਕਿ ਕਰਾਮਤ ਇਹ ਕਿਵੇਂ ਹੋਈ ਤੇ ਪਤਾ ਮਾਈ ਕੀ ਕਹਿੰਦੀ ਗੌਸ ਦੇ ਮੰਨਣ ਵਾਲਿਆਂ ਦੀ ਵਾਲਿਆਂ
ਕਿਸੇ ਦਾ ਆਸ਼ਿਕ ਹੁੰਦਾ ਉਸੇ ਦੀ ਗੱਲ ਕਰਦਾ ਇਹ ਦੀਵਾਨੇ ਕਹਿੰਦੇ ਬੈਠੇ ਨੇ ਸਭ ਪੀਰ ਨੇ ਸੋਹਣੇ ਦੁਨੀਆ ਤੇ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਫਿਰ ਉਹਨੂੰ ਧਰਿਆ ਡੋਬਣਾ ਤੂੰ ਧਰਿਆ ਡੋਬਣਾ ਤੂੰ ਉਹ ਜੇ ਵੀ ਮੀਰਾ ਧਰਿਆ ਡੋਬਣਾ ਤੂੰ ਜੇ ਵੀ ਮੀਰਾ ਧਰਿਆ ਡੋਬਣਾ ਤੂੰ ਜੇ ਵੀ ਮੀਰਾ ਉਹਨੂੰ ਧਰਿਆ ਡੋਬਣਾ ਤੂੰ ਜੇ ਵੀ ਮੀਰਾ ਉਹਨੂੰ ਧਰਿਆ ਡੋਬਣਾ ਤੂੰ ਜੇ ਵੀ ਮੀਰਾ ਉਹਨੂੰ ਧਰਿਆ ਡੋਬਣਾ ਸਿਆਣੀ ਸੀ ਉਹ ਵਿੱਚ ਬਗਦਾਦ ਦੇ ਰਹਿੰਦੀ ਕੋ ਬੱਚਾ ਸੀ ਉਹਦਾ ਗੁਜ਼ਰ ਗਿਆ ਜਾਂਦੀ ਸੀ ਰੋਂਦੀ ਕਹਿੰਦੀ ਅੱਗੋਂ ਦੇਖ ਮਹਿਬੂਬ ਸੁਬਹਾਨੀ ਨੂੰ ਰੋ ਰੋ ਕੇ ਇਹ ਗੱਲ ਕਹਿੰਦੀ ਜ਼ਿੰਦਾ ਕਰ ਦੇ ਪਿਛੜੇ ਤੇਰੇ
ਬਾਬਾ ਜੀ ਸਰਕਾਰ ਦੇ ਦੀਵਾਨੇ ਬੈਠੇ ਤੇ ਗੱਲ ਇੱਕ ਹੋਰ ਯਾਦ ਆ ਗਈ ਜਿਹੜੀ ਵੰਡੇ ਝੋਲੀਆਂ ਭਰ ਭਰ ਖਲਕ ਦਬੂਏ ਤੇ ਖੜੀ ਬਾਬਾ ਜੀ ਇੱਕ ਮਾਈ ਇੱਕ ਮਾਈ ਬਹੁਤ ਸਿਆਣੀ ਸੀ ਉਹ ਵਿੱਚ ਬਗਦਾਦ ਤੇ ਰਹਿੰਦੀ ਇੱਕੋ ਬੱਚਾ ਸੀ ਉਹਦਾ ਗੁਜ਼ਰ ਗਿਆ ਜਾਂਦੀ ਸੀ ਰੋਂਦੀ ਕਹਿੰਦੀ ਅੱਗੋਂ ਦੇਖ ਮਹਿਬੂਬ ਸੁਬਹਾਨੀ ਨੂੰ ਰੋ ਰੋ ਕੇ ਇਹ ਗੱਲ ਕਹਿੰਦੀ ਜ਼ਿੰਦਾ ਕਰਦੇ ਬਚਣੇ ਮੇਰੇ ਨੂੰ ਤੈਨੂੰ ਪੂਰੀ ਦੁਆ ਦਾ